ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਗ੍ਰੰਥੀ ਸਿੰਘ ਆ ਵੀਰ ਜੀ, ਆਪਣੇ ਕੀ ਨਾਮ ਜੀ? ਦਲਵੀਰ ਸਿੰਘ। ਦਲਵੀਰ ਸਿੰਘ ਜੀ, ਬਾਈ ਜੀ ਤੁਹਾਡਾ ਨਾਮ ਕੀ ਆ? ਨਿਰਮਲ ਸਿੰਘ। ਨਿਰਮਲ ਸਿੰਘ ਜੀ, ਅਸੀਂ ਜਿਵੇਂ ਤੁਸੀਂ ਦੇਖਿਆ ਮਾਇਆ ਨਗਰ ਲੁਧਿਆਣੇ ਦਾ ਪੌਸ਼ ਏਰੀਆ ਸਭ ਤੋਂ ਜੀ, ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹੇ ਹਾਂ ਜੀ ਅਸੀਂ। ਲੁਧਿਆਣਾ ਸ਼ਹਿਰ ਦੇ ਵਿੱਚ ਆਰਤੀ ਚੌਂਕ ਦੀ ਬੈਕ ਸਾਈਡ 'ਤੇ ਗੁਰਦੁਆਰਾ ਸਾਹਿਬ ਆ, ਜਾਂ ਗੁਰਦੁਆਰਾ ਸਾਹਿਬ ਦੀ ਪਾਰਕ ਆ ਜੀ। ਅਤੇ ਵੀਰਾਂ ਨੇ ਸਾਨੂੰ ਜਾਣਕਾਰੀ ਦਿੱਤੀ ਆ ਵੀ ਇੱਕ ਵੀਰ ਬੜੀ ਮਾੜੀ ਹਾਲਤ ਦੇ ਵਿੱਚ ਇੱਥੇ ਰਹਿ ਰਿਹਾ ਜੀ। ਆ ਗੁਰਦੁਆਰਾ ਸਾਹਿਬ ਦੀ ਪਾਰਕ ਆ ਜੀ, ਮੈਂ ਤੁਹਾਨੂੰ ਵੀਰ ਜੀ ਬਾਰੇ ਜਾਣਕਾਰੀ ਦੇਣੀ ਚਾਹੁੰਦਾ। ਆ ਜਾਓ ਖਾਲਸਾ ਜੀ। ਇਹਨਾਂ ਨੇ ਬੜੀ ਅੱਜ ਸਵੇਰੇ ਸਾਜਰੇ ਨੂੰ ਸਾਨੂੰ 8 ਵਜੇ ਕਾਲ ਕੀਤੀ ਸੀਗੀ, ਬੜੀ ਮਾੜੀ ਖਬਰ ਦੱਸੀ ਇਹਨਾਂ ਨੇ। ਇੱਕ ਵੀਰ ਬੈਠਾ ਇੱਥੇ, ਪੰਜਾਬੀ ਬੰਦਾ ਜੀ, ਅਤੇ 4 ਸਾਲਾਂ ਤੋਂ ਇਹ ਦੱਸਦੇ ਆ ਵੀ ਇੱਥੇ ਹੀ ਘੁੰਮਦਾ ਇਹ ਪਰਿਵਾਰ। ਇਹਦੇ ਵਿੱਚ ਪਰਿਵਾਰ ਦੇ ਵਿੱਚ ਇਹਦਾ ਕੋਈ ਨਹੀਂ ਹੈਗਾ, ਪਤਾ ਨਹੀਂ ਕਿਤੇ ਕੁਛ ਕਹਿੰਦੇ ਆ, ਪਰ ਇਹ ਦੱਸਦੇ ਆ ਵੀ ਇਹਨਾਂ ਦਾ ਇੱਕ ਬੇਟਾ ਵੀ ਆ ਅਤੇ ਵਾਈਫ ਵੀ ਇਹਦੇ ਹੈਗੇ ਆ। ਇੱਥੇ ਇਹਨਾਂ ਦਾ ਘਰ ਸੀਗਾ, ਉਹ ਵਿਕ ਗਿਆ। ਇਹ ਕਹਿੰਦਾ ਵੀ ਮੇਰਾ ਸਹੁਰੇ ਪਰਿਵਾਰ ਨੇ ਸਾਰਾ ਕੁਛ ਘਰ ਵਗੈਰਾ ਵੇਚਤਾ, ਮੇਰਾ ਹੁਣ ਇਸ ਟਾਈਮ ਕੋਈ ਨਹੀਂ। ਲਵਾਰ ਸਾਲਤ ਦੇ ਵਿੱਚ ਇੱਥੇ ਰਹਿੰਦੇ, 4 ਸਾਲਾਂ ਤੋਂ ਇੱਥੇ ਗੁਰਦੁਆਰਾ ਸਾਹਿਬ ਲੰਗਰ ਛਕਦੇ ਸੀਗੇ ਜਾਂ ਕੰਮ ਕੁੰਮ ਮਾੜਾ ਮੋਟਾ ਕਰ ਲੈਂਦੇ ਸੀਗੇ। ਅਤੇ ਪੜ੍ਹੇ ਲਿਖੇ ਆ ਵੀਰ ਕਾਫੀ, ਇਹ ਦੱਸਦਾ ਵੀਰ ਇਹ। ਅਤੇ ਆਹ ਦੇਖੋ ਇਹਨਾਂ ਦੀ ਹਾਲਤ, ਜਾਣੀ ਕਿ ਇੰਨੀ ਮਾੜੀ ਹਾਲਤ ਦੇ ਵਿੱਚ ਵੀਰ ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ ਬੈਠਾ ਵੀਰ, ਅਤੇ ਬਹੁਤ ਹੀ ਮਾੜੀ, ਕੀੜੇ ਇੰਨੇ ਜ਼ਿਆਦਾ ਵਾ ਇਹਦੇ ਜ਼ਖਮ ਦੇ ਵਿੱਚ, ਤੁਸੀਂ ਦੇਖ ਸਕਦੇ ਹੋ। ਦੇਖੋ ਕੀੜੇ ਕਿੱਦਾਂ ਤੁਰੇ ਫਿਰਦੇ ਆ ਜੀ, ਲੱਤ ਨੂੰ ਪੂਰੀ ਨੂੰ ਕੀੜੇ ਖਾ ਗਏ ਆ ਜੀ, ਵਿੱਚ ਇੰਨੇ ਜ਼ਿਆਦਾ ਕੀੜੇ ਆ, ਖੁੱਡਾਂ ਕੀੜਿਆਂ ਨੇ ਕਰੀਆਂ ਹੋਈਆਂ ਜੀ ਵਿੱਚ। ਅਤੇ ਬਹੁਤ ਹੀ ਮਾੜੀ ਹਾਲਤ 'ਚ ਆ ਵੀਰ। ਇਹ ਦੱਸਦੇ ਆ ਵੀ ਅੱਜ ਤੋਂ 20 ਦਿਨ ਪਹਿਲਾਂ ਇਹਦੇ ਬਜ਼ੁਰਗ ਵੀਰ ਦੇ ਸੱਟ ਲੱਗ ਗਈ ਸੀ, ਐਕਸੀਡੈਂਟ ਹੋ ਗਿਆ ਸੀਗਾ ਇਹਨਾਂ ਦਾ, ਕੋਈ ਸਕੂਟਰੀ ਵਾਲਾ ਮਾਰ ਗਿਆ ਸੀ। ਜਦੋਂ ਇਹ ਇੱਥੇ ਗੁਰਦੁਆਰਾ ਸਾਹਿਬ ਪਹੁੰਚਿਆ ਤਾਂ ਇਹਦੇ ਸੱਟਾਂ ਲੱਗੀਆਂ ਹੋਈਆਂ ਸੀ, ਜ਼ਖਮ ਹੋਏ ਹੋਏ ਸੀਗੇ ਵੀਰ ਦੇ। ਅਤੇ ਇਹਨਾਂ ਨੇ ਪੜ੍ਹੇ ਲਿਖੇ ਹੋਏ ਆ, ਡੀ ਫਾਰਮੈਸੀ ਕੀਤੀ ਹੋਈ ਹੈ, ਦੱਸਦੇ ਆ। ਇੱਧਰੋਂ ਇੱਧਰੋਂ ਆ ਜਾਓ ਬਾਬਾ ਜੀ ਦਾ ਫੇਸ ਦਿਖਾਓ, ਸ਼ਾਇਦ ਕੋਈ ਪਛਾਣ ਲਵੇ। ਇਹ ਉਹਦਾ ਨਾਮ ਬਿੱਟੂ ਦੱਸਦੇ ਆ ਜੀ। ਬਹੁਤ ਮਾੜੀ ਹਾਲਤ 'ਚ ਆ ਜੀ, ਸਮੈਲ ਬਹੁਤ ਜ਼ਿਆਦਾ ਆ ਰਹੀ ਇਹਨਾਂ ਕੋਲੋਂ। ਤੁਸੀਂ ਨਾਮ ਦੱਸਿਓ ਵੀਰ ਜੀ ਆਪਣਾ ਦੁਬਾਰਾ। ਬਿੱਟੂ ਹੈ ਜੀ, ਜੁਗੇਸ਼ ਗੁਪਤਾ। ਜਗੇਸ਼ ਗੁਪਤਾ ਜੀ, ਜਗੇਸ਼ ਗੁਪਤਾ ਜੀ ਆ ਜੀ। ਇਹਨਾਂ ਦੀ ਫੈਮਿਲੀ ਵੀ ਸੀਗੀ, ਇਹ ਦੱਸਦੇ ਆ ਵੀ ਛੱਡ ਕੇ ਚਲੇ ਗਏ ਸਾਰੇ ਇਹਨਾਂ ਨੂੰ। ਅਤੇ ਇਹਨਾਂ ਦੀ ਵਾਈਫ ਵੀ ਆ ਇੱਥੇ ਲੁਧਿਆਣੇ ਦੇ। ਕਿਹੜਾ ਐਡਰੈਸ ਦੱਸਿਆ ਜੀ ਤੁਸੀਂ? ਛੋਟੀ ਹੈਬੋਵਾਲ 5 ਨੰਬਰ ਗਲੀ ਬੰਦ। 5 ਨੰਬਰ ਗਲੀ ਦੇ ਵਿੱਚ ਛੋਟੀ ਹੈਬੋਵਾਲ, ਇਹ ਆਪਣਾ ਐਡਰੈਸ ਦੱਸਦੇ ਆ। ਉੱਥੇ ਇਹਨਾਂ ਦਾ ਕਿਰਪਾ, ਗੁਰੂ ਕਿਰਪਾ, ਅਤੇ ਉੱਥੇ ਇਹਨਾਂ ਦਾ ਐਡਰੈਸ ਵੀ ਦੱਸਦੇ ਆ ਇਹ, ਪਰ ਉਹ ਘਰ ਕਹਿੰਦੇ ਵਿਕ ਚੁੱਕਿਆ ਇਹਨਾਂ ਦਾ। ਅਤੇ ਇਹਨਾਂ ਦਾ ਨਾਂ ਜਗੇਸ਼ ਗੁਪਤਾ ਦੱਸਦੇ ਆ ਜੀ, ਬਿੱਟੂ ਇਹਨਾਂ ਦਾ ਛੋਟਾ ਨਾਂ। ਇਹਨਾਂ ਦਾ ਬੇਟਾ ਵੀ ਦੱਸਦੇ, ਲਹਿਰਾ ਗਾਗਾ ਆਪਦਾ ਪਿੱਛਾ ਏਰੀਆ ਜਿਹੜਾ ਬੈਕ ਤੋਂ, ਇਹ ਲਹਿਰੇ ਗਾਗੇ ਤੋਂ ਆ ਇਹ। ਅਤੇ ਦੱਸਦੇ ਆ ਵੀਰ ਵੀ ਲਹਿਰੇ ਗਾਗੇ ਤੋਂ ਇਹ ਕਾਫੀ ਸਾਲਾਂ ਤੋਂ ਲੁਧਿਆਣੇ ਆ ਗਏ ਸੀ, ਵਿਆਹ ਕਰਾ ਕੇ ਇੱਥੇ ਰਹਿਣ ਲੱਗ ਗਏ ਸੀਗੇ, ਪਰ ਹੁਣ ਇਹਨਾਂ ਨੂੰ ਪਰਿਵਾਰ ਨੇ ਛੱਡਤਾ ਸੀ। ਅਤੇ ਆ ਵੀਰ ਹੈਗੇ ਆ, ਬਾਬਾ ਜੀ ਹੁਣੇ ਆਏ ਸਾਡੇ ਕੋਲ, ਇਹਨਾਂ ਨੇ ਸਾਨੂੰ ਸਵੇਰੇ ਅੱਜ ਜਾਣਕਾਰੀ ਦਿੱਤੀ ਸੀ ਇਹਨਾਂ ਬਾਰੇ ਬਈ ਬਹੁਤ ਮਾੜੀ ਹਾਲਤ ਦੇ ਵਿੱਚ ਇੱਕ ਵੀਰ ਇੱਥੇ ਬੈਠਾ, ਉਹਦੇ ਲੱਤ ਦੇ ਵਿੱਚ ਕੀੜੇ ਪਏ ਹੋਏ ਆ, ਬਹੁਤ ਹੀ ਮਾੜੀ ਹਾਲਤ ਆ। ਅਤੇ ਜਿਵੇਂ ਕਿ ਮੈਂ ਤੁਹਾਨੂੰ ਜਾਣਕਾਰੀ ਦਿੱਤੀ, ਦੱਸਿਆ ਵੀ ਆ ਜੀ, ਯਾਨੀ ਕਿ ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ ਐਡੇ ਵਧੀਆ ਪੌਸ਼ ਏਰੀਏ ਦੇ ਵਿੱਚ ਇੱਕ ਵੀਰ ਇਸ ਹਾਲਤ ਦੇ ਵਿੱਚ ਬੈਠਾ, ਬੜੀ ਮੰਦਭਾਗੀ ਖਬਰ ਆ, ਬੜੀ ਦੁੱਖ ਵਾਲੀ ਗੱਲ ਆ ਜੀ। ਅਤੇ ਹੁਣ ਸੱਚੇ ਪਾਤਸ਼ਾਹ ਨੇ ਡਿਊਟੀ ਲਾਈ ਹੈ ਜੀ ਸਾਡੀ ਮਨੁੱਖਤਾ ਦੀ ਸੇਵਾ ਸੁਸਾਇਟੀ, ਵੀ ਅਸੀਂ ਇਹਨਾਂ ਦੀ ਸੇਵਾ ਕਰਾਂਗੇ ਜੀ, ਤਨਦੇਹੀ ਇਹਨਾਂ ਨੂੰ ਨਿਭਾਵਾਂਗੇ। ਜੇ ਕੋਈ ਵੀਰ ਇਹਨਾਂ ਨੂੰ ਪਹਿਚਾਣਦਾ ਹੋਵੇ ਤਾਂ ਇਹਨਾਂ ਨੂੰ ਜ਼ਰੂਰ ਦੇਖਣ ਜੀ, ਇਹਨਾਂ ਦੇ ਕੋਈ ਰਿਸ਼ਤੇਦਾਰ ਜਾਂ ਕੋਈ ਮਿੱਤਰ ਕੋਈ ਇਹਨਾਂ ਨੂੰ ਪਹਿਚਾਣਦਾ ਹੋਵੇ ਤਾਂ ਸਾਡੇ ਨਾਲ ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਕਰਨ ਜੀ। 97803 000 ਨੰਬਰ ਆ ਸਾਡਾ, ਜਿਵੇਂ ਸਾਰੇ ਤੁਸੀਂ ਜਾਣਦੇ ਹੀ ਹੋ।
ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਹੁਣ ਅਸੀਂ ਇਹਨਾਂ ਨੂੰ ਲੈ ਕੇ ਚੱਲੇ ਹਾਂ ਜੀ ਆਪਦੀ ਸੰਸਥਾ 'ਤੇ, ਉੱਥੇ ਜਾ ਕੇ ਇਹਨਾਂ ਦਾ ਅਸੀਂ ਇਲਾਜ ਸ਼ੁਰੂ ਕਰਵਾਵਾਂਗੇ ਜੀ, ਜੋ ਗੁਰੂ ਮਹਾਰਾਜ ਕਿਰਪਾ ਕਰਨ, ਸੱਚੇ ਪਾਤਸ਼ਾਹ ਦੀ ਮਿਹਰ ਨਾਲ ਠੀਕ ਹੋ ਜਾਣ। ਜ਼ਖਮ ਜਿਵੇਂ ਕਿ ਤੁਹਾਨੂੰ ਮੈਂ ਦਿਖਾਇਆ ਹੀ ਆ, ਦੁਬਾਰਾ ਫਿਰ ਮੈਂ ਤੁਹਾਨੂੰ ਦਿਖਾਉਣਾ, ਬਹੁਤ ਹੀ ਮਾੜੀ ਹਾਲਤ ਦੇ ਵਿੱਚ ਆ ਜੀ ਜ਼ਖਮ। ਕੀੜੇ ਇੰਨੇ ਜ਼ਿਆਦਾ, ਯਾਨੀ ਕਿ ਸਾਡੇ ਕੋਲ ਕਾਫੀ ਪੇਸ਼ੈਂਟ ਆਏ ਆ ਹੁਣ ਤੱਕ ਇੱਦਾਂ ਦੇ, ਪਰ ਇਹਨਾਂ ਦਾ ਵੀ ਬਹੁਤ ਜ਼ਿਆਦਾ ਮਾੜੀ ਹਾਲਤ ਆ, ਬਿਲਕੁਲ ਹੀ ਲੱਤ ਗਲ ਚੁੱਕੀ ਆ ਜੀ ਇਹਨਾਂ ਦੀ। ਹਾਂਜੀ, ਬਾਕੀ ਇਹ ਅੰਕਲ ਦੀ ਜਾਣਕਾਰੀ ਦੇਣਗੇ। ਘਰਬਾਰ ਦਾ ਮੈਨੂੰ ਪਤਾ ਨਹੀਂ, ਘਰਬਾਰ ਦਾ ਹੈ ਹੀ ਕੋਈ ਨਹੀਂ। ਠੀਕ ਹੈ ਸਰ। ਰਹੀ ਗੱਲ ਇੱਥੇ ਵੇਲੇ ਕੁ ਵੇਲੇ ਗੁਰਦੁਆਰੇ ਜ਼ਰੂਰ ਆਉਂਦਾ ਹੈ। ਠੀਕ ਹੈ ਜੀ। ਚਾਹ ਪਾਣੀ ਜੋ ਸੇਵਾ। ਕਿੰਨੇ ਕੁ ਸਾਲਾਂ ਤੋਂ ਜੀ ਇੱਥੇ ਰਹਿ ਰਿਹਾ ਜੀ, ਘੁੰਮ ਰਿਹਾ ਜਾਣੀ ਕਿ ਇਸ ਏਰੀਆ 'ਚ? ਤਾਂ 5-4 ਸਾਲ ਹੋ ਹੀ ਗਏ ਨੇ। ਦੁਕਾਨ ਤੇ ਕੰਮ ਕਰਦਾ ਸੀ, ਲੇਬਰ ਦਾ ਕੰਮ ਕਰਦਾ, ਲੇਬਰ ਕੰਮ ਕਰਦਾ। ਉਦੋਂ ਤੋਂ ਇਹਦੇ ਪਰਿਵਾਰ ਬਾਰੇ ਕੁਛ ਪਤਾ ਤੁਹਾਨੂੰ? ਉਦੋਂ ਦਾ ਪਰਿਵਾਰ ਦੇ ਮਾਂ ਪਹਿਚਾਣਦੇ ਸੀ, ਇੱਕ ਦੋ ਵਾਰੀ ਘਰ ਵੀ ਇਹਨਾਂ ਦੇ ਗਏ ਆ। ਕਿੱਥੇ ਸੀ ਘਰ ਸਰ? ਇੱਥੇ ਹੈਬੋਆਲ ਸੀ, ਲੇਕਿਨ ਉਹ ਕਰ ਦਿਨ ਵੇਹ ਤੁਸੀਂ ਮਾਂ ਦੀ ਡੈਥ ਹੋ ਗਈ, ਭਰਾ ਭਰੂ ਕੋਈ ਕੋਈ ਪਤਾ ਨਹੀਂ, ਮੈਂ ਜਾਣਦਾ ਨਹੀਂ, ਮੈਂ ਇਹਨੂੰ ਇਹ ਨਹੀਂ ਜਾਣਦਾ ਸੀ। ਇਹਦੀ ਮਾਂ ਇੱਧਰੋਂ ਦੁਕਾਨ 'ਤੇ ਆਈ ਆ ਜੀ, ਦੋ ਵਾਰੀ ਘਰ ਗਏ ਆ। ਉਹ ਉਸ ਮੁਤਾਬਕ ਇਸ ਜਨਮ ਵਿੱਚ 10 ਸਾਲ ਤੋਂ ਹੋ ਗਏ, 12 ਸਾਲ ਹੋ ਗਏ ਇਸ ਗੱਲ। ਚਲੋ ਹੁਣ ਗੁਰੂ ਮਹਾਰਾਜ ਕਿਰਪਾ ਕਰਨ ਜੀ, ਸੱਚੇ ਪਾਤਸ਼ਾਹ ਗੁਰਦੁਆਰਾ ਕਮੇਟੀ ਹੈਗੀ ਆ ਜੀ, ਬਾਬਾ ਜੀ ਕੈਸ਼ੀਅਰ ਨੇ ਤੇ ਇਹ ਬਾਬਾ ਜੀ ਹੈਗੇ ਨੇ ਜਿਹੜੇ, ਇਹ ਪ੍ਰਧਾਨ ਆ ਜੀ ਗੁਰਦੁਆਰਾ ਕਮੇਟੀ ਦੇ। ਪਰ ਇਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ, ਸੂਚਨਾ ਦਿੱਤੀ, ਬੜੀ ਵੱਡੀ ਗੱਲ ਆ ਜੀ ਇਹ ਵੀ, ਸੱਚੇ ਪਾਤਸ਼ਾਹ ਦੀ ਮਿਹਰ ਨਾਲ ਇਹਨਾਂ ਨੇ ਸਾਨੂੰ ਦੱਸਿਆ ਅਸੀਂ ਇਹਨਾਂ ਦਾ ਹੁਣ ਇਲਾਜ ਕਰਵਾ ਸਕਦੇ ਹਾਂ। ਇਹ ਹਾਲਤ ਦੀ ਨਾ ਥੋੜੇ ਦਿਨ ਪਹਿਲਾਂ ਹੀ ਹੋਈ ਹੈ। ਨਹੀਂ ਨਹੀਂ, ਪਹਿਲਾਂ ਨਹੀਂ ਸੀ ਹੈਗੀ, ਪਹਿਲਾਂ 5-6 ਦਿਨ ਪਹਿਲਾਂ ਮੇਰੇ ਕੋਲ ਆਇਆ, ਮੈਨੂੰ ਥੋੜੇ ਪੈਸੇ ਚਾਹੀਦੇ ਨੇ, ਕਿੰਨੇ ਜਿਹੇ 200 ਰੁਪਏ ਦੇ ਮਦਦ ਦਿੱਤਾ। ਜ਼ਖਮ ਤਾਂ ਇੰਨਾ ਹੁਣ ਹੀ ਹੋਇਆ ਕਿ 2-4 ਦਿਨ ਤੋਂ ਪਹਿਲਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।